बेनड़ा धूरी संगरूर वो अपने विचार तुहाडे नाल सांझे करनगे। जसवंत सिंह जिगर, किसान मजदूर एकता जिंदाबाद, मोदी सरकार मुर्दाबाद। आओ जी भरा जी, लटेरे निजाम अते पूंजीपतियां हथों लुटी दे लोको, लटेरे निजाम अते पूंजीपतियां हथों लुटी दे लोको, वो बंदे किड्डे जालम ने, किड्डे बेतरथ ने, जिहड़े साडियां आज जी नूं साडे जिहड़ा हालातां नूं समझण दा यतन नहीं कर रहे। पहला तो मैं सारे तो पहला दोस्तों तुहानू सारयां नू सति श्री अकाल, लाल सलाम, प्रणाम, वाहिगुरू जी का खालसा, वाहिगुरू जी की फतेह। हुण मैं तुहाडे नाल अपने विचार को सांझे करदा। सब तो पहला हुंदा वर्तारा, चेंज इज द लॉ ऑफ नेचर, जिहड़ा हैगा प्रकृति दे विच बदलाव चलदा रहिंदा है। जिवें सूरज तड़के चढ़दा शाम नू छुप जांदा है, इसे तरह कई मौसम आउंदे ने, तरह तरह दीआं गल्लां हुंदीआं ने। अपने इस देश दे विच भी किसानी दे विच भी बदलाव आया। पहला अपने बजुर्ग जिहड़ा हैगा भी बड़े छोटे पद्धर ते खेती करदे ते वो पंजाह पंजाह सठ सठ मन सौ सौ मन दाने करदे हुंदे ते, पर उदों असीं सुखी बहुत थे। हुण साडे नौजवान पीढ़ी सानूं कहिंदी है पुराने बंदिआं नूं भी तुसीं की करदे हुंदे ते, तुहानूं की पता सी ਵੀ ਤੁਹਾਡਾ ਪੰਜਾਹ ਮਣ ਦਾਣੇ ਹੁੰਦੇ ਤੇ ਅਸੀਂ ਦੇਖੋ ਦੋ ਦੋ ਹਜ਼ਾਰ ਮਣ ਦਾਣੇ ਕਰ ਲੈਂਦੇ ਹਾਂ। ਪਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਪੰਜਾਹ ਸੱਠ ਜਾਂ ਸੌ ਮਣ ਦਾਣੇ ਜਿਹੜੇ ਕਰ ਲੈਂਦੇ ਤੇ ਉਹਨਾਂ 'ਤੇ ਖਰਚਾ ਸਾਡਾ ਕੋਈ ਨਹੀਂ ਹੁੰਦਾ ਸੀ। ਹੁਣ ਖਰਚੇ ਨੇ ਅਸੀਂ ਇੰਨੇ ਭੰਨ ਤੇ ਜਿਹੜਾ ਹਰਾ ਇਨਕਲਾਬ ਉਹ ਵੀ ਇੱਕ ਢੌਂਗ ਤੀ, ਇਹ ਸਰਕਾਰਾਂ ਦਾ ਢੌਂਗ ਤੀ ਜਿਹੜਾ ਹੈਗਾ ਵੀ ਭਾਰਤ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਦਾ। ਪਰ ਉਹਦੇ ਨਾਲ ਇਹ ਕੀ ਹੋ ਗਿਆ, ਪੂੰਜੀਪਤੀ ਜਮਾਤ ਨੇ ਹਰਾ ਇਨਕਲਾਬ ਨੂੰ ਪਣਪਣ ਦੇਣ ਖਾਤਰ ਉਹਦੀ ਟਰੈਕਟਰ ਬਣਾਉਣੇ ਸ਼ੁਰੂ ਕਰਤੇ, ਉਹਦੀ ਖਾਦਾਂ ਬਣਾਉਣੀਆਂ ਸ਼ੁਰੂ ਕਰਤੀਆਂ, ਉਹਦੀ ਪੈਸਟੀਸਾਈਡ ਸ਼ੁਰੂ ਹੋ ਗਈ, ਖਰਚੇ ਫਿਰ ਸ਼ੁਰੂ ਹੋਏ ਨਾ। ਕੁਛ ਦੇਰ ਤਾਂ ਸਾਡੀ ਆਮਦਨ ਵੱਧਦੀ ਰਹੀ ਅਤੇ ਅਸੀਂ ਬੜੇ ਖੁਸ਼ ਰਹੇ। ਉਹ ਤੋਂ ਬਾਅਦ ਅਜਿਹੇ ਹਾਲਾਤ ਪੈਦਾ ਹੋਏ ਜਾਂ ਅਜਿਹੇ ਹਾਲਾਤ ਇਹਨਾਂ ਨੇ ਪੈਦਾ ਕਰੇ ਵੀ ਸਾਡੀ ਜਿਹੜੀ ਆਮਦਨ ਹੈ ਉਹ ਜਿਹੜੀ ਕਿਸਾਨੀ ਦੀ ਜਿਹੜੀ ਉਪਜ ਹੈ ਉਹ ਇੱਕ ਪੱਧਰ 'ਤੇ ਜਾ ਕੇ ਰੁਕ ਗਈ ਜਾਂ ਘੱਟ ਗਈ, ਅਤੇ ਜਿਹੜੀਆਂ ਪੈਸਟੀਸਾਈਡਸ ਵਗੈਰਾ ਨੇ ਉਹਨਾਂ ਦੇ ਭਾਅ ਬਹੁਤ ਜ਼ਿਆਦਾ ਵੱਧ ਗਏ, ਜਿਹਦੇ ਕਰਕੇ ਕਿਸਾਨ ਨੀਵੇਂ ਪਾਸੇ ਨੂੰ ਆ ਗਿਆ। ਅਤੇ ਉਹਦੇ ਵਿੱਚ ਕੁਛ ਕਾਰਨ ਸਾਡੇ ਆਪ ਦੇ ਵੀ ਬਣੇ ਨੇ, ਉਹ ਤੀ ਸਾਡੀ ਅਨਪੜ੍ਹਤਾ ਜਾਂ ਜਿਹੜਾ ਹੈਗਾ ਇਹਨਾਂ ਨੂੰ ਨਾ ਸਮਝਣਾ, ਜਾਂ ਆਪਦੇ ਬੱਚਿਆਂ ਨੂੰ ਥੋੜ੍ਹੀਆਂ ਖੁੱਲ੍ਹਾਂ ਦੇਣੀਆਂ, ਜਿੰਨੀ ਕੁ ਸਾਡੀ ਪਹੁੰਚ ਤੀ ਉਹ ਤੋਂ ਥੋੜ੍ਹੇ ਜਿਹਾ ਵੱਧ ਪ੍ਰੋਗਰਾਮ ਛਾਪਣੇ ਵਗੈਰਾ ਤੀ। ਉਹ ਤੋਂ ਬਾਅਦ ਆ ਜਾਂਦਾ ਹੈ ਤਰਕ, ਕਿਸੇ ਵਰਤਾਰੇ ਨੂੰ ਸਮਝਣ ਖਾਤਰ ਤਰਕ ਦੀ ਲੋੜ ਹੁੰਦੀ ਹੈ, ਦਲੀਲ ਦੀ ਲੋੜ ਹੁੰਦੀ ਹੈ ਵੀ ਕੀ ਹੈ ਇਹ, ਕਿਉਂ ਹੋਇਆ, ਕਿਵੇਂ ਹੋਇਆ, ਕਿਹਨੇ ਕੀਤਾ। ਜੇ ਆਪਾਂ ਅੱਜ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਕੀ ਹੈ ਇਹ, ਕਿਸਾਨ ਅੰਦੋਲਨ ਹੈ, ਕਿਉਂ ਹੋਇਆ, ਮੋਦੀ ਨੇ ਸਾਡੇ ਗੱਲ 'ਚ ਅੰਗੂਠਾ ਦੇ ਤਾ, ਕਿਵੇਂ ਹੋਇਆ, ਜਿਹੜਾ ਹੈਗਾ ਵੀ ਉਹਨਾਂ ਨੇ ਸਾਡੇ 'ਤੇ ਕਾਲੇ ਕਾਨੂੰਨ ਲਾਗੂ ਕਰਤੇ, ਕਿਹਨੇ ਕੀਤਾ, ਮੋਦੀ ਨੇ ਕੀਤਾ। ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਲੱਗਾਂਗੇ ਫਿਰ ਆਪਣੇ ਪੱਲੇ ਕੁਛ ਜਿਹੜਾ ਹੈਗਾ ਵੀ ਪਊਗਾ। ਸਭ ਤੋਂ ਪਹਿਲਾਂ ਤਾਂ ਮੈਂ ਕੁਦਰਤ ਪੱਖੋਂ ਭਾਰਤ ਦੀ ਵਿਆਖਿਆ ਕਰੂੰ ਵੀ ਕੁਦਰਤ ਨੇ ਭਾਰਤ ਨੂੰ ਸਾਰੀ ਦੁਨੀਆ ਨੂੰ ਵੱਧ ਅਮੀਰ ਬਣਾਇਆ, ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਮੈਦਾਨ ਇੱਥੇ, ਦੁਨੀਆ ਦੀ ਸਭ ਤੋਂ ਵੱਡੀ ਪਠਾਰ ਇੱਥੇ, ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰ ਇੱਥੇ, ਦੁਨੀਆ ਦਾ ਸਭ ਤੋਂ ਵੱਡਾ ਪਹਾੜ ਇੱਥੇ, ਹਰ ਤਰ੍ਹਾਂ ਦੀਆਂ ਖਾਣਾ ਇੱਥੇ, ਹਰ ਤਰ੍ਹਾਂ ਦੇ ਮੌਸਮ ਇੱਥੇ। ਪਰ ਅਸੀਂ ਦੁਨੀਆ ਨੂੰ ਫਿਰ ਵੀ ਪਛੜ ਗਏ, ਕਿਉਂ ਪਛੜ ਗਏ, ਕਿਉਂਕਿ ਸਾਡੇ ਹਾਕਮ ਬੇਕਰਤੂਤੇ, ਜ਼ਾਲਮ, ਘਟੀਆ ਤੇ। ਕਿਸੇ ਕਿਸੇ ਦੇਸ਼ ਦੇ ਵਿੱਚ ਤੇਲ ਨਿਕਲਦਾ ਉੱਥੇ ਪਾਣੀ ਨਹੀਂ ਮਿਲਦਾ, ਕਿੱਥੇ ਬਰਫੀ ਪਈਆਂ ਰਹਿੰਦੀਆਂ ਨੇ, ਉਹ ਸਾਰੇ ਦੇਸ਼ਾਂ ਤੋਂ ਕਿੰਨਾ ਅੱਗੇ ਲੰਘ ਗਏ ਅਤੇ ਅਸੀਂ ਕਿੰਨਾ ਪਿੱਛੇ ਆ ਗਏ ਜਿਹੜਾ ਹੈਗਾ। ਉਹ ਤੋਂ ਬਾਅਦ ਸਰਕਾਰ ਦਾ ਖਾਸਾ, ਕਿਸੇ ਵੀ ਵਰਤਾਰੇ ਨੂੰ ਸਮਝਣ ਖਾਤਰ ਸਰਕਾਰ ਦਾ ਖਾਸਾ ਆਪਾਂ ਨੂੰ ਸਮਝਣਾ ਚਾਹੀਦਾ ਵੀ ਸਰਕਾਰਾਂ ਕਿਹੋ ਜਿਹੀਆਂ ਨੇ। ਭਾਰਤ ਦੇ ਵਿੱਚ ਜਿਹੜੀ ਸਰਕਾਰ ਹੈ ਇਸ ਟਾਈਮ ਉਹ ਅਰਧ ਜਗੀਰੂ ਅਤੇ ਸਾਮਰਾਜੀ
ਦੇ ਦੱਲੇ ਰਹੇ ਹੋ, ਦਲਾਲ ਨੇ। ਮੋਦੀ ਹੋਰੀ ਆਪਦੇ ਆਪ ਦੇ ਵਿੱਚ ਕੁਛ ਨਹੀਂ, ਇਹ ਅਡਾਨੀ ਅੰਬਾਨੀ ਜਾਂ ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਨੈਸਲੇ ਵਗੈਰਾ, ਉਹਨਾਂ ਦੇ ਏਜੰਟ ਨੇ ਇਹ। ਇਹ ਤਾਂ ਜਿਹੜਾ ਹੈਗਾ ਵੀ ਸਿਰਫ ਮਖੌਟਾ ਨੇ ਉਹਨਾਂ ਖਾਤਰ, ਇਹ ਤੋਂ ਵੱਧ ਕੁਛ ਨਹੀਂ ਹੈਗੇ। ਅਤੇ ਉਹ ਤੋਂ ਬਾਅਦ ਮੈਂ ਇੱਕ ਗੱਲ ਕਰਨ ਲੱਗਿਆ ਤੁਹਾਨੂੰ ਡਰ ਦੀ। ਡਰ ਕੀ ਹੈ ਦੋਸਤੋ? ਮੈਂ ਕਹਿਣਾ ਵੀ ਮੈਂ ਡਰ ਤੋਂ ਨਹੀਂ ਡਰਦਾ, ਡਰ ਮੈਥੋਂ ਡਰਦਾ ਹੈ। ਬਿਲਕੁਲ ਸਹੀ ਗੱਲ ਹੈ ਇਹ, ਡਰਦਾ ਮੈਂ ਵੀ ਹਾਂ, ਡਰਨਾ ਚਾਹੀਦਾ ਵੀ ਹੈ। ਕਾਸ ਤੋਂ ਡਰਨਾ ਚਾਹੀਦਾ? ਆਪਣੇ ਬੁਰੇ ਕਰਮ ਤੋਂ ਜਾਂ ਲੋਕ ਵਿਰੋਧੀ ਕੰਮਾਂ ਤੋਂ, ਇਹ ਤੋਂ ਬਿਲਕੁਲ ਡਰਨਾ ਚਾਹੀਦਾ, ਉਹ ਕੁਦਰਤ ਤੋਂ ਡਰਨਾ ਚਾਹੀਦਾ। ਪਰ ਮੈਂ ਬੰਦੇ ਬੁੰਦੇ ਤੋਂ ਮੈਂ ਨਹੀਂ ਸਮਝਦਾ ਵੀ ਜੇ ਮੈਂ ਮਰਨਾ ਮੈਨੂੰ ਕੁਦਰਤ 'ਤੇ ਭਰੋਸਾ ਹੈ, ਉਸੇ ਦਿਨ ਮਰਨਾ ਨਹੀਂ ਹੈ, ਬੰਬ ਚਲਾਈ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਆਹ ਤਿੰਨੇ ਮੂਵਮੈਂਟਾਂ ਦੇਖ ਚੁੱਕਿਆ। ਮੈਂ ਬਹੁਤ ਛੋਟਾ ਸੀ 79 ਦੇ ਵਿੱਚ, ਜਦੋਂ ਜਿਹੜਾ ਹੈਗਾ ਵੀ ਮੇਰੇ ਬ੍ਰਦਰ ਦਾ ਅੱਜ ਤੱਕ ਕੋਈ ਪਤਾ ਹੀ ਨਹੀਂ ਲੱਗਿਆ ਵੀ ਕਿੱਧਰ ਨੂੰ ਗਿਆ। ਉਹ ਤੋਂ ਬਾਅਦ ਦੂਜੀ ਦੇਖੀ, ਆ ਤੀਜੀ ਹੁਣ ਦੇਖ ਰਿਹਾ, ਡਰ ਡੁਰ ਮੈਥੋਂ ਤਾਂ ਭੱਜ ਗਿਆ, ਮੈਂ ਨਹੀਂ ਡਰ ਤੋਂ ਡਰਦਾ। ਉਹ ਤੋਂ ਬਾਅਦ ਇਹ ਜਿਹੜਾ ਹੈਗਾ ਵੀ ਕਿਸਾਨਾਂ ਨੂੰ ਅੱਤਵਾਦੀ, ਵੱਖਵਾਦੀ, ਮਾਓਵਾਦੀ ਕੀ ਕੁਛ ਨਹੀਂ ਕਹਿੰਦੇ। ਅੱਤਵਾਦੀ ਤਾਂ ਇਹ ਨੇ, ਵੱਖਵਾਦੀ ਤਾਂ ਇਹ ਨੇ, ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਮਾਓਵਾਦ ਦਾ ਮਾਡਲ ਮਾੜਾ ਕੀ ਹੋਇਆ? ਆਪਾਂ 1947 'ਚ ਆਜ਼ਾਦ ਹੋਏ, ਚਾਈਨਾ 1949 'ਚ ਆਜ਼ਾਦ ਹੋਇਆ, ਅੱਜ ਉਹ ਅਮਰੀਕਾ ਨੂੰ ਅੱਖ 'ਚ ਅੱਖ ਪਾ ਕੇ ਗੱਲ ਕਰਦਾ, ਅਸੀਂ ਪਾਕਿਸਤਾਨ ਤੋਂ ਡਰੀ ਜਾ ਰਹੇ ਹਾਂ। ਫਿਰ ਮਾਓਵਾਦ ਮਾੜਾ ਕੀ ਹੋਇਆ ਬਈ? ਮਾਓਵਾਦ ਦਾ ਮਾਡਲ ਫਿਰ ਮਾੜਾ ਕੀ ਹੋਇਆ? ਉਹ ਤੋਂ ਬਾਅਦ ਫਿਰ ਆ ਜਾਂਦੇ ਨੇ ਇਹਦਾ ਗੋਦੀ ਮੀਡੀਆ, ਸਾਰੇ ਖਰੀਦ ਰੱਖੇ ਨੇ। ਅਰਨਬ ਗੋਸਵਾਮੀ ਐਨਕਾਂ ਲਾ ਕੇ ਆ ਜਾਂਦਾ, ਕਦੇ ਕੁਛ, ਸਾਰਾ ਦਿਨ ਇਹੀ ਬਕਵਾਸ ਮਾਰੀ ਜਾਂਦੇ ਨੇ। ਕੁਛ ਦੋ ਚਾਰ ਚੈਨਲ NDTV ਵਗੈਰਾ ਜਿਹੜਾ ਹੈਗਾ ਵੀ ਉਹ ਕਿਸਾਨਾਂ ਦੀ ਜਾਂ ਆਮ ਲੋਕਾਂ ਦੀ ਗੱਲ ਕਰਦੇ ਨੇ। ਉਹ ਤੋਂ ਬਾਅਦ ਜਿਹੜਾ ਹੈਗਾ ਵੀ ਇਹ ਬੇਸ਼ਰਮੀ ਦੀ ਹੱਦ ਪਾਰ ਕਰ ਚੁੱਕੇ ਨੇ, ਇੰਨੇ ਢੀਠ ਹੋ ਚੁੱਕੇ ਨੇ ਵਾਰ ਵਾਰ ਕਹਿ ਕੇ ਵੀ। ਜਦੋਂ ਇੱਕ ਪਾਸੇ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਕਿਸਾਨਾਂ ਖਾਤਰ ਕਾਨੂੰਨ ਬਣਾਏ ਦੇ, ਕਿਸਾਨ ਕਹਿੰਦੇ ਸਾਨੂੰ ਚਾਹੀਦੇ ਕੋਈ ਨਹੀਂ, ਵੀ ਫਿਰ ਇਹਨਾਂ ਦਾ ਢਿੱਡ ਦੁਖਦਾ, ਮੱਲੋ ਮੱਲੀ ਗੱਲ ਪਾਈ ਜਾਂਦੇ ਨੇ। ਇਹ ਬੇਸ਼ਰਮੀ ਨਾਲ ਫਿਰ ਕਿੰਨੀਆਂ ਮੀਟਿੰਗਾਂ ਹੋ ਗਈਆਂ, ਫਿਰ ਉੱਥੇ ਆ ਜਾਂਦੇ ਨੇ, ਇਹ ਤਾਂ ਜੀ ਕਿਸਾਨ ਹਿਤੈਸ਼ੀ ਨੇ, ਕਾਨੂੰਨ ਐਡੇ ਢੀਠ ਨੇ ਇਹ। ਉਹ ਤੋਂ ਬਾਅਦ ਫਿਰ ਇਹਨਾਂ ਨੇ ਕੋਸ਼ਿਸ਼ ਕਰੀ ਫੁੱਟ ਪਾਉਣ ਦੀ ਅਤੇ ਰਾਜਨੀਤੀ ਕਰਨ ਦੀ, ਜਿਵੇਂ ਅੰਗਰੇਜ਼ ਕਰਦੇ ਹੁੰਦੇ। ਅਤੇ 26 ਜਨਵਰੀ ਨੂੰ ਕੀ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ। 24 ਜਨਵਰੀ ਨੂੰ ਮੇਰਾ ਸੰਪਰਕ ਜਿਹੜਾ ਹੈਗਾ, ਹਿੰਦੀ ਦਾ ਸਭ ਤੋਂ ਵੱਡਾ ਅਖਬਾਰ ਹੈ ਉੱਤਰੀ ਭਾਰਤ ਦਾ, ਉਹਦੇ ਨਾਲ ਮੇਰਾ ਸੰਪਰਕ ਹੋ ਗਿਆ। ਅਤੇ ਉਹ ਕਹਿਣ ਲੱਗੇ ਜੀ ਮਾਸਟਰ ਜੀ, ਕਿਸਾਨ ਅੰਦੋਲਨ ਇੱਕ ਹਫ਼ਤੇ 'ਚ ਫੇਲ ਹੋ ਜੂ। ਮੈਂ ਕਿਹਾ ਵੀ ਨਾ, ਮੈਂ ਤਾਂ ਨਹੀਂ ਮੰਨਦਾ। ਕਹਿੰਦੇ ਜੀ ਪੱਕੀ ਗੱਲ ਆ। ਮੈਂ ਕਿਹਾ ਜੇ ਤਾਂ ਮੇਰਾ ਸਿਰ ਉੱਡ ਗਿਆ ਯਾਰ ਧੜ ਤੋਂ, ਫਿਰ ਤਾਂ ਮੈਂ ਦੇਖਣ ਆਉਣਾ ਨਹੀਂ, ਕਿਸਾਨ ਅੰਦੋਲਨ ਨਹੀਂ ਫੇਲ ਹੋ ਸਕਦਾ। ਉਹ ਤੋਂ ਬਾਅਦ 26 ਨੂੰ ਜਦੋਂ ਘਟਨਾ ਹੋ ਗਈ, 27 ਨੂੰ ਮੈਨੂੰ ਉਹਨਾਂ ਦਾ ਫੋਨ ਆਉਂਦਾ, ਕਿਉਂ ਮਾਸਟਰ ਜੀ ਟ੍ਰੇਲਰ ਦੇਖਿਆ? ਮੈਂ ਕਿਹਾ ਹਾਂ ਟ੍ਰੇਲਰ ਤਾਂ ਦੇਖਿਆ, ਮੋਦੀ ਦਾ ਟ੍ਰੇਲਰ ਦੇਖ ਲਿਆ, ਹੁਣ ਤੂੰ ਕਿਸਾਨਾਂ ਦੀ ਪਿਕਚਰ ਦੇਖੇਗਾ। 28 ਨੂੰ ਉਸੇ ਅਖਬਾਰ ਨੇ ਮੈਨੂੰ ਕਿਹਾ ਜੀ ਕਿਸਾਨ ਅੰਦੋਲਨ ਅੱਗੇ ਨਾਲੋਂ ਡੇਢਾ ਤਕੜਾ ਹੋ ਗਿਆ। ਉਹ ਮੈਂ ਕਿਹਾ ਮੋਦੀ ਵਾਲੀਆਂ ਐਨਕਾਂ ਲੈ ਗਈਆਂ ਤੇਰੇ। ਮੈਂ ਤੈਨੂੰ ਪਹਿਲਾਂ ਕਿਹਾ ਤੀ ਵੀ ਅਸੀਂ ਪਿੱਛੇ ਹਟਣ ਵਾਲੇ ਨਹੀਂ, ਜਿੰਨਾ ਚਿਰ ਸਾਡਾ ਛਾਂ 'ਚ ਛਾਂ ਹੈ ਅਸੀਂ ਉਹਨਾਂ ਚਿਰ ਬਿਲਕੁਲ ਪਿੱਛੇ ਨਹੀਂ ਹਟਾਂਗੇ। ਫਿਰ ਜਿਹੜਾ ਹੈਗਾ ਵੀ ਇਹਦੇ ਵਿੱਚ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ, ਮੈਂ ਉਹਨੂੰ ਧੰਨਵਾਦ ਦੇਣਾ ਚਾਹੁੰਦਾ। ਮੇਰਾ ਕਈ ਦੋਸਤਾਂ ਨਾਲ 40-45 ਸਾਲ ਦਾ ਵਾਹ ਵਾਸਤਾ ਹੈ, ਅੱਜ ਦਾ ਨਹੀਂ ਹੈਗਾ। ਅਸੀਂ ਇਕੱਠੇ ਬੈਠ ਕੇ ਇੱਕ ਸੁਪਨਾ ਲਿਆ ਤੀ, ਮੈਂ ਤੁਹਾਡੇ ਛੋਟੇ ਨਾਂ ਨਹੀਂ ਦੱਸਣਾ ਚਾਹੁੰਦਾ ਵੀ ਉਸ ਬੰਦੇ ਨੇ ਕਿਹਾ ਤੀ ਜਸਵੰਤ, ਮੈਂ ਉਹਨੂੰ ਕਿਹਾ ਯਾਰ ਵੀ ਵਧੀਆ ਸਮੇਂ ਵਿਆਹ ਕਰਾ ਲੈਂਦਾ, ਸਾਡੇ ਤਾਂ ਪੁੱਠੀ ਬਿਰਕੀ ਕਾਮਰੇਡਾਂ ਦੀ ਪਈ ਹੋਈ ਤੀ ਵੀ ਤੂੰ ਤਾਂ ਵਧੀਆ ਤੀ, ਹੈਂ। ਉਹਨੇ ਮੈਨੂੰ ਕਿਹਾ ਤੀ, ਕਹਿੰਦਾ ਮੈਂ ਧੂਰੀ ਦੇ ਲੋਕਾਂ 'ਚ ਵੀ ਮਸ਼ਹੂਰ ਨਹੀਂ ਹੋਣਾ ਤੀ ਪੈਸੇ ਬਣਾ ਕੇ, ਹੁਣ ਮੇਰਾ ਨਾਂ ਨੈਸ਼ਨਲ ਪੱਧਰ ਤੱਕ ਚੱਲਦਾ, ਹੁਣ ਉਹਦਾ ਨਾਂ ਕਹਿੰਦਾ ਮੈਂ ਇੰਟਰਨੈਸ਼ਨਲ ਪੱਧਰ ਤੱਕ ਪਹੁੰਚਾਉਣਾ ਚਾਹੁੰਦਾ ਜੋ ਕਿ ਅੱਜ ਪਹੁੰਚ ਚੁੱਕਿਆ। ਮੇਰੀ ਛਾਤੀ ਚੌੜੀ ਹੁੰਦੀ ਆ ਮੇਰੇ ਦੋਸਤ ਦਾ, ਜਦੋਂ ਵੀ ਦਿਨ 'ਚ ਮੇਰੇ ਸਾਹਮਣੇ ਸੁਪਨਾ ਲਿਆ ਸੀ ਉਹ ਪੂਰਾ ਹੋ ਗਿਆ। ਇਹੋ ਜਿਹੇ ਲੋਕਾਂ ਨਾਲ ਕੰਮ ਕਰਨ ਦਾ ਬੜਾ ਨਜ਼ਾਰਾ ਆਉਂਦਾ। ਮੈਂ ਘਰੇ ਆਪਦੇ ਦੁਬਕਿਆ ਬੈਠਾ ਸੀ, ਚੁੱਪ ਕਰਿਆ ਬੈਠਾ ਸੀ, ਕਿਉਂਕਿ ਮੈਨੂੰ ਕੰਮ ਦਾ ਕੋਈ ਬਾਹਲਾ ਸ਼ੌਂਕ ਨਹੀਂ ਰਿਹਾ ਸੀ। ਕੁਛ ਹਾਲਾਤ ਐਸੇ ਬਣੇ ਜਾਂ ਕੁਛ ਇਹੋ ਜਿਹੇ ਬੰਦੇ ਮੂਹਰੇ ਆ ਗਏ ਜਿਹੜੇ ਦੋ ਨੰਬਰ ਜੇ, ਅਤੇ ਮੈਂ ਕਿਹਾ ਵੀ ਆਪਣੇ ਘਰੇ ਬੈਠਣ 'ਚ ਫਾਇਦਾ ਵੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ। ਅਤੇ ਉਹ ਤੋਂ ਬਾਅਦ ਇਹਨਾਂ ਦੀ ਲੀਡਰਾਂ ਦੀ ਯੋਗ ਅਗਵਾਈ ਸਤਿਕਾਰ, ਤੁਹਾਡਾ ਹਰ ਵਰਗ ਦਾ ਸਾਥ ਮਿਲਿਆ, ਨਹੀਂ ਇਹ ਆਪਦੇ ਆਪ ਦੇ ਵਿੱਚ ਕੁਛ ਵੀ ਨਹੀਂ। ਅਤੇ ਉਹ ਤੋਂ ਬਾਅਦ ਮੈਂ ਨਿੱਜ ਅਤੇ ਸਮੂਹ ਦੀ ਗੱਲ ਕਰਦਾ ਦੋਸਤੋ, ਜਦੋਂ ਬੰਦਾ ਮਾਰ ਖਾਂਦਾ ਸਿਰਫ ਆਪਦੇ ਨਿੱਜ 'ਤੇ ਖਾਂਦਾ। ਜਦੋਂ ਸਾਡੇ ਨਿੱਜੀ ਹਿੱਤ ਆ ਜਾਂਦੇ ਨੇ ਨਾ, ਸਾਡੇ ਕਾਕਾ ਬੇਟੀ ਆ ਜਾਂਦੇ ਨੇ ਨਾ, ਉਦੋਂ ਅਸੀਂ ਸਾਰਾ ਕੁਛ ਜਿਹੜਾ ਭੁੱਲ ਜਾਂਦੇ ਹਾਂ। ਦੂਜੇ ਖਾਤਰ ਬਹੁਤ ਕੁਛ ਕਹਿਣਾ ਵੀ ਐਂ ਨਹੀਂ ਹੋਣਾ ਚਾਹੀਦਾ, ਐਂ ਨਹੀਂ ਹੋਣਾ ਚਾਹੀਦਾ,
पर गल सू समूह की करनी चाहिए, समूह लोगों की, समूह लोगों की करा सू आपका निजवाद छड़ना पेगा। फिर मैं थोनू वोट राज जोड़ा है लोकतंत्र जोड़ा है भी वोट राज के लोकतंत्र फर्क दसदा। मैं जो टीकरी बार्डर से भी बोलिया थी वोट राज 50-60 साल हो गए इन्हों देखदू वोट राज की मिलया, इन्हों लीडर बनाना तह करता पहाड़ों जोडे उच्चे हो गए, आप बादल हो गए, कैप्टन हो गए, अरबा खरबा रुपया बना गए तुम थले बग गए। ये वोट राज की ताकत थी उन्होंने वरत लिया सूँ, हम लोग राज लोग की शक्ति की ताकत तुम देख रहे हो भी अज आप सीने पर बैठे हाँ, वो सामने बैठे हाँ, लठ नाल बैठे हाँ, हिला के दिखा भी इंच जे बंदे का पुत्ता है वो ये लोग। पर मैं सूँ हूँ भी कहना दोस्त तुम उस पासे फेर जाओगे बहुते, वो वोटा वाटा च कुछ नहीं रख्या, ये तो लठे कायम रखनी पऊ, ये अज इतें नहीं गल खड़ी, आप भी यही कुछ करना पऊ, नहीं ये सतू जो है थोड़ू राह देने एडे भले है नहीं। उदो बाद भगत सिंह ने कहा कि भी साडा संघर्ष उन्ना चिर जारी रहेगा जिन्ना चिर मनुख तो मनुख की लुट्ट खत्म नहीं होंगी, मनुख तो मनुख की लुट्ट बढ़ रही है फिर साडा संघर्ष क्यों रुकू हुई। कार्ल मार्क्स ने कहा कि भी शासक वर्ग कूड़ा पैदा करता है पर असी की करना उस कूड़े तो खाद बना के उन्हू उपयोगी बना। बाकी मैं बड़िया गल् ना करा, मैं तो बस हूँ इस चीज़ पर आ गया, मैनू कोई भय नहीं कुछ नहीं। गुरु गोबिंद सिंह ने भी कहा कि पंथ बसे मैं उजड़ा चित चौक नेरा, मैनू कोई फर्क नहीं पता, चार दिन रही है जिंदगी ना रही है, मैं इन्होंने गलों तो कोई डरता डरता नहीं है, बस इन्ना कहना मैं आपकी थाल लेना। वाहगुरु जी का खालसा वाहगुरु जी की फतेह। धन्यवाद।